ਹੈਲੋ एवरीवन वेरी गुड इवनिंग टू ऑल वेलकम टू सक्सेस ट्री सफलता ਦੇ ਰੁਖ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਮੇਰਾ ਨਾਮ ਹੈ ਜਸਕਰਨ ਸਿੰਘ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੇ ਆਦਾਬ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅਸੀਂ ਇੱਕ ਸੀਰੀਜ਼ ਸ਼ੁਰੂ ਕੀਤੀ ਹੈ ਉਹ ਸੀਰੀਜ਼ ਦਾ ਜਿਹੜਾ ਮੇਨ ਪਰਪਸ ਹੈ ਉਹ ਇਹ ਹੈ ਵੀ ਜਿਹੜੀ ਵੀ ਆਪਾਂ ਮਾਰਨਿੰਗ ਦੇ ਵਿੱਚ ਜਿਹੜੀ ਨਿਊਜ਼ ਕਵਰ ਕਰਦੇ ਆ ਜਿਹੜੇ ਕਰੰਟ ਅਫੇਅਰ ਕਵਰ ਕਰਦੇ ਆ ਜਿਵੇਂ ਕਿ ਸクセਸਿਵ ਪੰਜਾਬ ਦੇ ਚੈਨਲ ਤੇ ਜੋ ਰੋਜ਼ ਸਵੇਰੇ 10 ਵੇ ਸਟਾਰਟ ਹੁੰਦੀ ਹੈ ਉਹਦੇ ਵਿੱਚ ਜਿਹੜੀ ਆਪਾਂ ਨਿਊਜ਼ ਕਵਰ ਕਰਦੇ ਆ ਉਹਦੀ ਇੱਕ ਰਿਵੀਜ਼ਨ ਹੋ ਜਾਏ ਕਿਉਂਕਿ ਡਿਵੀਜ਼ਨ ਆਪਾਂ ਡੇਲੀ ਡੇਲੀ ਤੱਕ ਕਰਦੇ ਨਹੀਂ ਜਿਹੜੀ ਆਪਾਂ ਅੱਜ ਨਿਊਜ਼ ਦੇਖ ਲਈ ਉਹਦੀ ਆਪਾਂ ਐਦਾ ਤਾਂ ਨਹੀਂ ਹੈਗਾ 4 ਦਿਨ ਬਾਅਦ ਉਹਦੀ ਰਿਵੀਜ਼ਨ ਕਰਾਂਗੇ ਠੀਕ ਹੈ ਤਾਂ ਹੀ ਉਸ ਰਿਵੀਜ਼ਨ ਦੇ ਪਰਪਸ ਲਈ ਇਹ ਸਿਰਫ ਸੀਰੀਅਸ ਥੋਡੇ ਲਈ ਲੈ ਕੇ ਆਂਦੀ ਆ ਤਾਂ ਕਿ ਤੁਹਾਡੇ ਲਈ ਇਹਦੀ ਡਿਵੀਜ਼ਨ ਪੱਕੀ ਹੋ ਜਾਵੇ ਜਿਹੜੀ ਨਿਊਜ਼ ਆਪਾਂ ਮਾਰਨਿੰਗ ਦੇ ਵਿੱਚ ਕਵਰ ਕੀਤੀਆਂ ਉਸ ਪੂਰੀ ਨਿਊਜ਼ ਦੇ ਵਿੱਚੋਂ ਪੰਜ ਮੋਸਟ ਇੰਪੋਰਟੈਂਟ ਕੁਐਸਚਨ ਕੁਝ ਐਜੇ ਚੂਜ਼ ਕੀਤੇ ਆ ਠੀਕ ਹੈ ਜਿਹੜੇ ਕਿ ਬਹੁਤ ਖਾਸ ਹੋ ਸਕਦੇ ਆ ਆਪਣੇ ਲਈ ਬਹੁਤ ਜ਼ਰੂਰੀ ਹੋ ਸਕਦੇ ਆ ਠੀਕ ਹੈ ਤਾਂ ਕਿ ਤੁਹਾਡੀ ਇੱਕ ਤਰ੍ਹਾਂ ਦੀ ਰਿਵੀਜ਼ਨ ਹੋ ਜਾਵੇ ਤੁਹਾਨੂੰ ਇਹ ਪਤਾ ਚੱਲ ਜੇ ਤੁਸੀਂ બસ ਕੁਛ ਨਹੀਂ ਕਰਨਾ ਆਪਣੇ ਦਿਨ ਦੇ ਵਿੱਚ ਸਿਰਫ 5 ਜਾਂ 10 ਮਿੰਟ ਦੇਣੇ ਠੀਕ ਹੈ ਵੀਡੀਓ ਦੇਖਣੀ ਹੈ ਜੋ ਕੁਸ਼ਨ ਆ ਉਹਦੇ ਆਨਸਰ ਕਰਨੇ ਆ ਜਾਂ ਤਾਂ ਲਾਈਵ ਜਿਹੜੀ ਚੈਟ ਬਾਕਸ ਆ ਉਹਦੇ ਵਿੱਚ ਆਨਸਰ ਕਰ ਦਿਓ ਜਾਂ نیچے ਕਮੈਂਟ ਬਾਕਸ ਦੇ ਵਿੱਚ ਨਾਲ ਦੀ ਨਾਲ ਆਨਸਰ ਕਰ ਦਿਓ ਤਾਂ ਕਿ ਮੈਨੂੰ ਪਤਾ ਚੱਲ ਜੇ ਵੀ ਤੁਹਾਡੀ ਰਿਵੀਜ਼ਨ ਹੋ ਰਹੀ ਆ ਪ੍ਰੋਪਰ ਜਿਹੜੀ ਤੁਹਾਨੂੰ ਮਾਰਨਿੰਗ ਦੇ ਵਿੱਚ ਨਿਊਜ਼ ਕਰਵਾਈ ਸੀ ਤੁਹਾਨੂੰ ਸ਼ਾਮ ਤੱਕ ਯਾਦ ਹੈ ਐਦਾਂ ਹੀ ਐਦਾਂ ਆਪਾਂ ਡੇਲੀ ਦੇ ਡੇਲੀ ਇਹ ਸੀਰੀਜ਼ ਕਵਰ ਕਰਦੇ ਰਵਾਂਗੇ ਜਿਹੜੀ ਰੋਜ਼ ਮੰਡੇ ਤੋਂ ਸੈਚਰਡੇ ਚੱਲੂਗੀ ਰਾਤੀ 9 ਵਜੇ ਸクセਸ ਟਰੀ ਪੰਜਾਬ ਦੇ ਚੈਨਲ ਤੇ ਚਲੋ ਜੀ ਫਿਰ ਆਜ ਦਾ ਸੈਸ਼ਨ ਦੀ ਸ਼ੁਰੂਆਤ ਕਰਦੇ ਆ ਚਲੋ ਦੇਖਦੇ ਆ ਅੱਜ ਦੇ ਸੈਸ਼ਨ ਦਾ ਸਭ ਤੋਂ ਪਹਿਲਾ ਕੁਸ਼ਣ ਚਲੋ ਸਭ ਤੋਂ ਪਹਿਲੇ ਕੁਸ਼ਣ ਦੀ ਗੱਲ ਕਰੀਏ ਇਹਦਾ ਸਭ ਤੋਂ ਪਹਿਲਾ ਕੁਸ਼ਣ ਦੇਖੋ ਆਪਣੇ ਕੋਲ ਕੀ ਹੈ ਵਿਚ ਆਫ ਦੀ ਫੋਲੋਇੰਗ ਕੰਟਰੀ ਵਾਸ ਨੋਟ ਫਾਊਂਡਿੰਗ ਮੈਂਬਰਸ ਆਫ ਐਸਈਓ ਉਹਨਾਂ ਨੇ ਕੀ ਕਿਹਾ ਫਾਊਂਡਿੰਗ ਮੈਂਬਰਸ ਦੀ ਗੱਲ ਕੀਤੀ ਹੈ ਐਸਈਓ ਦੇ ਹੁਣ ਐਸਈਓ ਦਾ ਸਟਾਰਟਿੰਗ ਦੇ ਵਿੱਚ ਨਾਮ ਐਸਈਓ ਨਹੀਂ ਸੀਗਾ ਇਹ ਕੀ ਹੈ ਸ਼ੇਂਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ ਹੈ ਸਟਾਰਟਿੰਗ ਜਿਹੜਾ ਨਾਮ ਕੀ ਸੀਗਾ ਸ਼ੇਂਘਾਈ ਫਾਈਵ ਨਾਮ ਸੀਗਾ ਸਟਾਰਟਿੰਗ ਚ ਇਹਦਾ ਕੀ ਨਾਮ ਸੀ ਸ਼ੰਘਾਈ ਫਾਈਮ ਨਾਮ ਦੀ ਉਹਨਾਂ ਨੇ ਇਹ ਪੁੱਛਿਆ ਜਿਹੜਾ ਸਟਾਰਟਿੰਗ ਦੇ ਵਿੱਚ ਸ਼ੰਘਾਈ ਫਾਈਮ ਨਾਮ ਸੀ ਉਸ ਸਟੈਂਪ ਦੇ ਵਿੱਚ ਉਹਦੇ ਵਿੱਚ ਮੈਂਬਰ ਕਿਹੜੇ ਕਿਹੜੇ ਸੀ ਉਦੇ ਵਿੱਚ ਮੈਂਬਰ ਕਿਹੜੇ-ਕਿਹੜੇ ਸੀ ਤੇ ਦੱਸੋ ਇਹਨਾਂ ਵਿੱਚੋਂ ਕਿਹੜਾ ਹੈ ਜਾਂ ਮੈਂਬਰ ਨਹੀਂ ਹੈ ਅਗਰ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਸ਼ੇਂਘਾਈ 5 ਕੀ ਚੀਜ਼ ਸੀਗੀ ਜਾਂ ਕਿਵੇਂ ਨਹੀਂ ਸੀ ਮਤਲਬ ਐਸਿਓ ਦਾ ਪੁਰਾਣਾ ਨਾਮ ਇਹ ਸੀ ਤਾਂ ਕੋਈ ਟੈਨਸ਼ਨ ਨਾਲ ਹੀ ਲਾਣੀ ਬਸ ਤੁਹਾਨੂੰ ਅੰਨਾ ਪਤਾ ਹੋਣਾ ਚਾਹੀਦਾ ਕਿ ਐਸਿਓ ਦਾ ਨਾਮ ਕਦੋਂ ਬਣਿਆ ਸੀ ਇਹਦੇ ਥਰੂ ਵੀ ਆਪਾਂ ਕੁਐਸਚਨ ਕਰ ਸਕਦੇ ਹਾਂ ਕਿਵੇਂ ਐਸਿਓ ਦਾ ਨਾਮ ਬਣਿਆ ਸੀ 2001 ਦੇ ਵਿੱਚ ਇਹਨਾਂ ਵਿੱਚੋਂ ਕਿਸੇ ਇੱਕ ਕੰਟਰੀ ਨੇ ਮੀਟਿੰਗ ਕੀਤੀ ਸੀ ਕਿਰੇ ਨਾਲ ਸ਼ੇਂਘਾਈ ਨਾਲ ਮੀਟਿੰਗ ਕੀਤੀ ਸੀ ਕਿਹਦੇ ਨਾਲ ਸ਼ੇਗਾਈ ਨਾਲ ਜਦੋਂ ਮੀਟਿੰਗ ਕੀਤੀ ਸੀ ਮੀਟਿੰਗ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਸਾਨੂੰ ਵੀ ਇਸ ਕਾਰਪੋਰੇਸ਼ਨ ਦੇ ਵਿੱਚ ਐਡ ਕਰ ਦਿੱਤਾ ਜਾਵੇ ਇਹਦਾ ਮੈਂਬਰ ਬਣਾ ਦਿੱਤਾ ਜਾਵੇ ਤਾਂ ਕਿ ਅਸੀਂ ਵੀ ਇਹਦੇ ਵਿੱਚ ਪਾਰਟਿਸਿਪੇਟ ਕਰ ਸਕੀਏ ਠੀਕ ਹੈ ਬਸ ਅਗਰ ਤੁਹਾਨੂੰ ਉਹ ਯਾਦ ਆ ਵੀ ਉਹ ਕਿਹੜੀ ਕੰਟਰੀ ਸੀ ਤਾਂ ਦੈਟਸ ਉਹ ਤੁਹਾਡਾ ਆਨਸਰ ਹੈ ਠੀਕ ਹੈ ਅਗਰ ਆਪਾਂ ਗੱਲ ਕਰੀਏ ਚਾਈਨਾ ਦਾ ਚਾਈਨਾ ਫਾਊਂਡਿੰਗ ਮੈਂਬਰਸ ਦੇ ਵਿੱਚੋਂ ਆਂਦਾ ਸੀ ਕਜ਼ਾਕਿਸਤਾਨ ਵੀ ਫਾਊਂਡਿੰਗ ਮੈਂਬਰਸ ਦੇ ਵਿੱਚੋਂ ਆਂਦਾ ਸੀ ਤੇ ਇਹਦੇ ਨਾਲ ਨਾਲ ਕਜ਼ਾਕਿਸਤਾਨ ਵੀ ਫਾਊਂਡਿੰਗ ਮੈਂਬਰਸ ਦੇ ਵਿੱਚੋਂ ਆਂਦਾ ਸੀ ਰਸ਼ੀਆ ਵੀ ਫਾਊਂਡਿੰਗ ਮੈਂਬਰਸ ਦੇ ਵਿੱਚ ਤੇ ਇਹਦੇ ਨਾਲ ਇੱਕ ਹੋਰ ਕੰਟੀ ਹੈ ਤਜ਼ਾਕਿਸਤਾਨ ਉਹ ਵੀ ਫਾਈਂਡਿੰਗ ਮੈਂਬਰਸ ਦੇ ਵਿੱਚੋਂ ਹੈ ਤੇ ਬਚਿਆ ਮਤਲਬ অপਸ਼ਨ ਸੀ ਜੋ ਆਪਣੇ ਕੋਲ ਕੀ ਹੈ ਯੂਬਰਕਿਸਤਾਨ ਇਹ ਫਾਈਂਡਿੰਗ ਮੈਂਬਰ ਦੇ ਵਿੱਚੋਂ ਨਹੀਂ ਹੈ ਇਹਨੇ ਹੀ ਮੀਟਿੰਗ ਕੀਤੀ ਸੀ ਸ਼ੇਂਗਾਈ ਨਾਲ ਕਦੋਂ 2001 ਦੇ ਵਿੱਚ ਤੇ ਸਾਰਾ ਸਾਰਾ ਸਟਾਰਟ ਕਰੋ ਹੋਇਆ ਸੀ 2003 ਦੇ ਵਿੱਚ ਮਤਲਬ ਇਹ ਸਟਾਰਟ ਹੋਇਆ ਸੀ ਓਕੇ 2001 ਦੇ ਵਿੱਚ ਤਾਂ ਮੀਟਿੰਗ ਹੋਈ ਸੀ ਚਲੋ ਨੈਕਸਟ ਕੁਐਸਚਨ ਦੇਖੋ ਆਪਣੇ ਕੋਲ ਕੀ ਹੈ ਕੇਦਾਰਨਾਥ ਮੰਦਿਰ ਜਾਂ ਕੇਦਾਰਨਾਥ ਟੈਂਬਲ ਇਸ ਹਿੰਦੂ ਟੈਂਪਲ ਸ਼ਰੀਨ ਡੈਡੀਕੇਟਿਡ ਟੂ ਲੋ ਸ਼ਿਵਾ ਜੋ ਮਹਾਦੇਵ ਦੇ ਨਾਮ ਤੇ ਬਣਿਆ ਹੋਇਆ ਹੈ ਠੀਕ ਹੈ ਜਾਂ ਉਹਨੂੰ ਮਤਲਬ ਡੈਡੀਕੇਟ ਕੀਤਾ ਗਿਆ ਹੈ ਠੀਕ ਹੈ ਇਟ ਇਜ਼ ਲੋਕੇਟਿਡ ਔਨ ਦੀ ਗੜਵਾਲ ਹਿਮਾਲਿਆ ਰੇਂਜ ਜੋ ਗੜਵਾਲ ਹਿਮਾਲਿਆ ਰੇਂਜ ਸੇ ਲੋਕੇਟਿਡ ਹੈ ਨੀਅਰ ਵਿਚ ਰਿਵਰ ਕਿਹੜੇ ਰਿਵਰ ਦੇ ਨੇੜੇ ਹੈ ਠੀਕ ਹੈ ਇਨ ਦੀ ਸਟੇਟ ਆਫ ਉੱਤਰਾਖੰਡ ਉੱਤਰਾਖੰਡ ਦੇ ਵਿੱਚ ਜਿਹੜੀਆਂ ਹਿਮਾਲਿਆ ਰੇਂਜ ਨੇ ਠੀਕ ਹੈ ਉਸ ਰੇਂਜ ਦੇ ਵਿੱਚ ਜਿਹੜਾ ਗੜਵਾਲ ਦੇ ਵਿੱਚ ਨੇ ਠੀਕ ਹੈ ਉਹਦੀ ਗੱਲ ਕਰ ਰਿਹਾ ਹੈ ਉਹਦੇ ਨੇੜੇ ਕਿਹੜਾ ਹੈ ਜਾਂ ਰਿਵਰ ਹੈ ਜਿਹਦੇ ਨੇੜੇ ਇਹ ਕੇਦਾਰਨਾਥ ਮੰਦਿਰ ਬਣਿਆ ਹੋਇਆ ਠੀਕ ਹੈ ਬਹੁਤ ਹੀ ਸਿੰਪਲ ਜਿਹਾ ਕੁਸ਼ਚਨ ਹੈ ਬੋਚ ਇੱਕ ਟਾਈਮ ਤੁਸੀਂ ਐਦਾ ਕਹਿੰਦੇ ਸਟੈਟਿਕ ਦਾ ਕੁਸ਼ਚਨ ਹੈ ਠੀਕ ਹੈ ਬਸ ਤੁਹਾਨੂੰ ਅਗਰ ਰਿਵਰ ਪਤਾ ਆਨਸਰ ਬਹੁਤ ਇਜ਼ੀ ਹੈ ਇਹਦਾ ਰਿਵਰ ਕੀ ਹੈ অপਸ਼ਨ ਏ ਆਪਣੇ ਕੋਲ ਮੰਦਾ ਕਿ ਨਹੀਂ ਇਹਦਾ ਰਿਵਰ ਹੈ ਜੋ ਇਹਦਾ ਰਾਈਟ ਆਨਸਰ ਹੈ ਓਕੇ ਇਹਦੇ ਰਿਲੇਟਡ ਐਦਾ ਮੈਂ ਇੱਕ ਕੋਲ ਇੱਕ ਕੁਸ਼ਚਨ ਹੋਰ ਹੈ ਜੋ ਮੈਂ ਐਡ ਨਹੀਂ ਕੀਤਾ ਮੈਂ ਲਿਟਰਲੀ ਤੁਹਾਡੇ ਨੂੰ ਐਦਾ ਹੀ ਪੁੱਛ ਲੰਨਾ ਤੁਸੀਂ ਮੈਨੂੰ ਉੱਜੀ ਨੀਚੇ ਕਮੈਂਟ ਬਾਕਸ ਜਾਂ ਲਾਈਵ ਚੈਟ ਬਾਕਸ ਦੇ ਵਿੱਚ ਆਨਸਰ ਕਰਕੇ ਦੱਸ ਦਿਓ ਠੀਕ ਹੈ ਦੇਖੋ ਸਿੰਪਲਰ ਕੁਐਸਚਨ ਹੈ ਠੀਕ ਹੈ ਬਸ ਇੱਕ ਜਨਰਲ ਲੋਜੀ ਤੁਹਾਡੀ ਕਲੀਅਰ ਹੋ ਜੂਗੀ ਜਿਹੜਾ ਵਰਡ ਹੈ ਕੇਦਾਰਨਾਥ ਜਿਹੜਾ ਵਰਡ ਹੈ ਕੇਦਾਰਨਾਥ ਠੀਕ ਹੈ ਬਸ ਤੁਸੀਂ ਮੈਨੂੰ ਇਹਦਾ मीनिंग ਦੱਸਣਾ ਇਹਦਾ मीनिंग ਕੀ ਹੈ ਇਹਦਾ मीनिंग ਕੀ ਹੈ ਕੇਦਾਰਨਾਥ ਦਾ ਮੈਂ ਤੁਹਾਨੂੰ ਆਪਸ਼ਨਾਂ ਦੇ ਰਹੀ ਨਾ ਆਪਸ਼ਨ A ਆਪਸ਼ਨ A ਦੇ ਵਿੱਚ ਮੈਨੂੰ ਇਹ ਕੀ ਕਿਹਾ ਕਿ ਦੀ ਲਾਰਡ ਆਫ ਵਰਲਡ ਪਹਿਲੀ ਆਪਸ਼ਨ बी की कहता लॉर्ड ऑफ यूनिवर्स ठीक है सी ऑप्शन की देती लॉर्ड ऑफ अर्थ ठीक है एक ऑप्शन हो दी मैं उरे डी से दी लॉर्ड ऑफ फील्ड ठीक है ओके okay, ए मेरा क्वेश्चन है ਅਗਰ ਤੁਹਾਨੂੰ ਪਤਾ ਸਿੱਧਾ ਆਨਸਰ ਦੇਣਾ ਕਿਤੇ ਵੀ ਕੁਝ ਦੇਖਣ ਦੀ ਲੋੜ ਨਹੀਂ ਹੈ Google ਤੇ ਕੋਈ ਜਾਣ ਦੀ ਲੋੜ ਨਹੀਂ ਹੈ ਅਗਰ ਤੁਹਾਨੂੰ ਪਤਾ ਡਾਇਰੈਕਟ ਆਨਸਰ ਨਹੀਂ ਦੇ ਦਿਓ ਠੀਕ ਹੈ ਅਗਰ ਨਹੀਂ ਪਤਾ ਸਿੰਪਲ ਇੱਕ ਗੈਸ ਕਰਿਓ ਠੀਕ ਹੈ ਤਾਂ ਉਹਦੇ ਅਕੋਰਡਿੰਗ ਆਨਸਰ ਕਰੋ ਗੈਸ ਦੇ ਅਕੋਰਡਿੰਗ ਆਨਸਰ ਕਰਨਾ ਹੈ ਠੀਕ ਹੈ Google ਤੇ ਬਾਅਦ ਚੋਂ ਦੇਖ ਕੇ ਆਨਸਰ ਕਰਦੇ ਤੋਂ ਬਾਅਦ ਬਾਅਦ ਚੋਂ ਐਡਿਟ ਕਰਨ ਦੀ ਵੀ ਲੋੜ ਨਹੀਂ ਡੀਲੀਟ ਕਰਨ ਦੀ ਵੀ ਲੋੜ ਨਹੀਂ ਓਕੇ ਚਲੋ ਨੈਕਸਟ ਕੁਐਸਚਨ ਤੇ ਚੱਲਦੇ ਹਾਂ ਨੈਕਸਟ ਕੁਐਸਚਨ ਦੇਖੋ ਆਪਣਾ ਕੀ ਹੈ ਦੀ ਜੇ ਐਂਡ ਕੇ ਲੈਫਟੀਨੈਂਟ ਗਵਰਨਰ ਟੂ ਡਿਕਲੇਅਰ ਦੀ ਬਰਥ ਐਨੀਵਰਸਰੀ ਆਫ ਦੀ ਡੈਸ਼ ਕਿੰਗ ਇਹ ਹੋਲੀਡੇ ਇਨ ਦੀ ਯੂਨਿਟੈਰਿਟੀ ਹੁਣ ਇੱਕ ਕਿੰਗ ਸੀਗਾ ਕਿੱਥੇ ਜਾਂ ਮਹਾਰਾਜਾ ਸੀਗੇ ਕਿੱਥੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਉਹ ਮਹਾਰਾਜਾ ਦਾ ਨਾਮ ਦੀ ਗੱਲ ਕਰੇ ਤਾਂ ਮਹਾਰਾਜਾ ਦਾ ਨਾਮ ਕੀ ਸੀਗਾ ਮਹਾਰਾਜਾ ਦਾ ਨਾਮ ਸੀ ਮਹਾਰਾਜਾ ਹਰੀ ਸਿੰਘ ਠੀਕ ਹੈ ਉਹਨੋਂ ਮਹਾਰਾਜਾ ਦੇ ਨਾਮ ਤੇ ਜੋ ਮਹਾਰਾਜਾ ਦੀ ਕਿਸੇ ਬਰਥ ਐਨੀਵਰਸਰੀ ਸੀ ਠੀਕ ਹੈ ਉਸ ਦਿਨ ਉਹਨਾਂ ਨੇ ਕੀ ਕੀਤਾ ਛੁੱਟੀ ਕਰਾ ਦਿੱਤੀ ਹੈ ਕਿ ਨੇ ਜੋ ਕਿਦੇ ਜੰਮੂ ਕਸ਼ਮੀਰ ਦੇ ਜੋ ਕੀ ਨੇ ਲੈਫਟੇਨੈਂਟ ਗਵਰਨਰ ਉंचे ਜੰਮੂ ਕਸ਼ਮੀਰ ਦੇ ਲੈਫਟੇਨੈਂਟ ਗਵਰਨਰ ਦੀ ਗੱਲ ਕਰੀ ਉਹਨਾਂ ਦਾ ਨਾਮ ਕੀ ਹੈ ਮਨੋਜ ਸਿੰਘ ਠੀਕ ਹੈ ਉਹਨਾਂ ਦਾ ਨਾਮ ਕੀ ਹੈ ਲੈਫਟ ਹੈਂਡ ਨੰਬਰ ਦਾ ਕੀ ਨਾਮ ਹੈ ਮਿਸਟਰ ਮਨੋਜ ਓਕੇ ਉਹਨਾਂ ਨੇ ਕੀ ਕੀਤਾ ਮਤਲਬ ਅਪਰੂਵ ਕਰਤਾ ਵੀ ਉਹਨਾਂ ਦੇ ਬਰਥ ਐਨੀਵਰਸਰੀ ਤੇ ਕੀ ਹੋਗੀ ਛੁੱਟੀ ਹੋਗੀ ਉਹ ਲੇਕਿਨ ਉਹਨੇ ਕੁਐਸਚਨ ਪੁੱਛਿਆ ਕਿ ਉਹ ਕਿੰਗ ਦਾ ਨਾਮ ਕੀ ਸੀ ਮੁਝੇ ਕਿੰਗ ਦੇ ਨਾਮ ਦੀ ਗੱਲ ਕੀਤੀ ਕਿੰਗ ਦਾ ਨਾਮ ਕੀ ਸੀ ਮਹਾਰਾਜਾ ਹਰੀ ਸਿੰਘ ਕਿੰਗ ਦਾ ਨਾਮ ਕੀ ਸੀ ਮਹਾਰਾਜਾ ਹਰੀ ਸਿੰਘ ਲੇਕਿਨ ਆਪਸ਼ਨ ਦੇ ਵਿੱਚੋਂ ਕਿੰਗ ਦੇ ਨਾਮ ਦੇ ਰਿਲੇਟਿਡ ਇਹ ਜਿਹੜਾ ਕੁਝ ਨਹੀਂ ਹੈ ਆਪਣੇ ਕੋਲ ਕੀ ਆ ਆਪਸ਼ਨ ਇਹ ਮੂੰਗਾ ਬੀ ਡੋਗਰਾ ਸੀ ਕਸ਼ਮੀਰ ਤੇ ਡੀ ਕੋਸ਼ੋਰ ਠੀਕ ਹੈ ਇਹ ਇਹ ਸਾਰਾ ਕੁਝ ਕੀ ਹੈ ਉਹਨੇ ਇਹ ਵਿੱਚੋਂ ਰਾਈਟ ਆਨਸਰ ਕੀ ਹੈ ਰਾਈਟ ਆਨਸਰ ਦੇਖੋ ਬਹੁਤ ਹੀ ਅਗਰ ਥੋੜਾ ਆਪਾਂ ਕੈਲਕੂਲੇਟਰ ਹੀ ਕਰਕੇ ਚੱਲੀਏ ਤਾਂ ਅਗਰ ਆਪਾਂ ਜੰਮੂ ਐਂਡ ਕਸ਼ਮੀਰੀ ਆਫੀਸ਼ਲ ਲੈਂਗੁਏਜ ਨੂੰ ਫੋਲੋ ਕਰੀਏ ਤਾਂ 오ਰਿਸਟਰੂ ਆਪਾਂ ਆਨਸਰ ਕਰ ਸਕਦੇ ਹਾਂ ਕਿ ਡੋਗਰੀ ਲੈਂਗੁਏਜ ਹੈ ਜੋ ਜੰਮੂ ਐਂਡ ਕਸ਼ਮੀਰੀ ਆਫੀਸ਼ਲ ਲੈਂਗੁਏਜ ਦੇ ਵਿੱਚੋਂ ਆਉਂਦੀ ਹੈ ਜਿਹਦੇ ਕਰਕੇ ਜਿਹੜੇ ਮਹਾਰਾਜਾ ਹਰੀ ਸਿੰਘ ਹੈ ਇਹਨਾਂ ਨੂੰ ਡੋਗਰਾ ਕਿੰਗ ਵੀ ਕਿਹਾ ਜਾਂਦਾ ਸੀ ਕੀ ਕਿਹਾ ਜਾਂਦਾ ਸੀ ਇਹਨਾਂ ਨੂੰ ਡੋਗਰਾ ਕਿੰਗ ਵੀ ਕਿਹਾ ਜਾਂਦਾ ਸੀ ਓਕੇ ਚਲੋ ਨੈਕਸਟ ਕੁਐਸਚਨ ਦੇਖੋ ਆਪਣੇ ਕੋਲ ਕੀ ਹੈ AN32 AN transport aircraft modified to operate on dash blended biodiesel for 200 flight hour in the next 6 month okay hun is news de vich ki hai ke jo indian air force hai unna valo ki use kita gaya blended biodiesel ਉਹਨਾਂ ਵੱਲੋਂ ਕੀ ਯੂਸ ਕੀਤਾ ਗਿਆ ਬਲੈਂਡਡ ਬਾਇਓ ਡੀਜ਼ਲ ਯੂਸ ਕੀਤਾ ਗਿਆ ਉਹਨਾਂ ਨੇ ਇਹ ਪੁੱਛਿਆ ਕਿੰਨੇ ਪਰਸੈਂਟ ਦੀ ਗੱਲ ਕੀਤੀ ਹੈ ਕਿ ਜਿਹੜਾ ਮੋਡੀਫਾਈਡ ਉਹ ਜਿਹੜਾ ਆਪਰੇਟ ਹੋਊਗਾ ਕਿੰਨੇ ਪਰਸੈਂਟ ਆਪਰੇਟ ਹੋਊਗਾ ਜੋ ਇਹ ਬਲੈਂਡਡ ਬਾਇਓ ਡੀਜ਼ਲ ਹੈ ਠੀਕ ਹੈ ਉਹਦਾ ਮੇਨ ਪਰਪਸ ਕੀ ਹੈ ਕਿ 200 ਕੰਟਰੀ ਫਲਾਈਟ ਟੈਸਟ ਹੋਊਗਾ ਜਿਦੇ ਵਿੱਚ ਦੇਖਿਆ ਜਾਊਗਾ ਕਿ ਕਿੰਨਾ ਫਾਇਦਾ ਹੋ ਰਿਹਾ ਕਿ ਕਿੰਨੀ ਜਿਹੜੀ ਫਿਊਲ ਦੀ ਕੰਜ਼ਮਪਸ਼ਨ ਹੈ ਜਿਦੇ ਵਿੱਚ ਕਾਰਬਨ ਡਾਈਆਕਸਾਈਡ ਹੈ ਉਹ ਕਿੰਨੀ ਘੱਟ ਹੋ ਰਹੀ ਹੈ ਜੋ ਆਲਰੇਡੀ ਆਪਾਂ ਨੇ ਸਵੇਰੇ ਮਾਰਨਿੰਗ ਦੀ ਨਿਊਜ਼ ਦੇ ਵਿੱਚ ਕਵਰ ਕੀਤਾ ਸੀਗਾ ਉਹ ਇੱਕ ਵਾਰ ਡਿਟੇਲ ਦੇ ਵਿੱਚ ਦੇਖ ਲਿਓ ਅਗਰ ਸਦੀ ਗੱਲ ਕਰੇ ਰਾਈਟ ਆਨਸਰ ਆਪਣੇ ਕੋਲ ਕੀਆ অপਸ਼ਨ B 10% ਆਪਨੇ ਕੋ ਰਾਈਟ ਆਨਸਰ ਕੀਆ অপਸ਼ਨ B 10% ਓਕੇ ਇਹਨਾਂ ਨਾਲੀ ਖੋ ਚੀਜ਼ ਦਾ ਧਿਆਨ ਰੱਖਿਓ ਜਿਹੜਾ ਉਰੇ ਲਿਖਿਆ ਬਾਇਓ ਡੀਜ਼ਲ ਇਹਨੂੰ ਤੁਹਾਨੂੰ ਕਨਫਿਊਜ਼ ਕਰਨ ਲਈ ਕਦੇ ਕੁਐਸਚਨ ਦੇ ਵਿੱਚ ਐਜਾਂ ਵੀ ਲਿਖ ਸਕਦਾ ਹੈ ਕਿ ਬਾਇਓ ਫਿਊਲ ਆਪਾਂ ਇਸ ਚੀਜ਼ ਤੇ ਕਨਫਿਊਜ਼ ਨਾ ਬਾਇਓ ਫਿਊਲ ਤੇ ਬਾਇਓ ਡੀਜ਼ਲ मीनिंग ਸੇਮ ਹੈ ਉਹਨਾਂ ਨੇ ਕੀ ਦੀ ਗੱਲ ਕੀਤੀ ਹੈ ਬਲੈਂਡਡ ਦੀ ਗੱਲ ਕੀਤੀ ਹੈ ਔਰ ਵਿੱਚ ਅਗਰ ਬਾਇਓ ਫਿਊਲ ਵੀ ਆ ਜਾਣਾ ਤਾਂ ਸੇਮ मीनिंग ਹੈ ਕਲੀਅਰ ਚਲੋ ਨੈਕਸਟ ਦੇਖੋ ਨੈਕਸਟ ਆਪਣੇ ਕੋਲ ਕੀ ਹੈ ਚੀਤਾ ਹੈਜ਼ ਬਿਕਮ ਐਕਸਟਿੰਟ ਇਨ ਇੰਡੀਆ ਚੀਤਾ ਕਿ ਹੋ ਗਏ ਇੰਡੀਆ ਦੇ ਵਿੱਚ ਐਕਸਟਿੰਟ ਹੋ ਗਏ ਸੀ ਕਦੋਂ ਕਦੋਂ ਦੀ ਗੱਲ ਕੀਤੀ ਹੈ ਠੀਕ ਹੈ ਉਹ ਕਿਹੜਾ ਟਾਈਮ ਪੀਰੀਅਡ ਸੀ ਜਦੋਂ ਜਿਹੜੇ ਚੀਤਾ ਸੀਗੇ ਉਹ ਇੰਡੀਆ ਦੇ ਵਿੱਚ ਐਕਸਟਿੰਟ ਹੋ ਗਏ ਸੀ ਠੀਕ ਹੈ ਇਸ ਵਕਤ ਕੀ ਹੈ ਇੰਡੀਆ ਦੇ ਵਿੱਚ ਚੀਤਾ ਦੁਆਰਾ ਲੈ ਕੇ ਆਏ ਹਨ ਨਾ ਇੰਡੀਆ ਦੇ ਵਿੱਚ ਚਿਤਾਸਵਾਰ ਲੈ ਕੇ ਆਇਆ ਕਰੋ 2022 ਚ 22 ਚ ਕਦੋਂ ਇਹ ਜੇ ਕਿਹੜਾ ਦਿਨ ਸੀ ਜਿਹਦੇ ਦਿਨ ਚਿਤਾ ਆਏ ਨੇ ਤਾਂ ਉਸ ਦਿਤੇ ਆਣਾ ਨਾ ਜਿਹਦੇ ਪ੍ਰਾਈਮ ਮਿਨਿਸਟਰ ਨਿੰਦਰ ਮੋਦੀ ਦਾ ਬਰਥਡੇ ਸੀ ਉਸੇ ਦਿਨ ਹੀ ਚਿਤਾ ਇੰਡੀਆ ਦੇ ਵਿੱਚ ਆਏ ਸੀ ਠੀਕ ਹੈ ਬਹੁਤ ਈਜ਼ੀ ਹੈ ਤਾਂ ਇਹਦੇ ਵਿੱਚ ਆਪਣੇ ਕੋਲ ਕੀ ਬੋਲ ਆਪਣੇ ਕੋਲ ਕਿ ਟੋਟਲ ਕਿੰਨੇ ਚਿਤਾ ਐ ਸੀ 8 ਚਿਤਾ ਐ ਸੀ ਜਿਹਦੇ ਵਿੱਚੋਂ ਜਿਹੜੇ 5 ਚਿਤਾ ਸੀ ਉਹ ਕੀ ਸੀ ਫੀਮੇਲ ਸੀਗੀਆਂ ਜਿਹੜਿਆ 3 ਚਿੱਤੇ ਸੀਗੇ ਉਹ ਕੀ ਸੀਗੇ ਮੇਲ ਸੀਗੇ ਓਕੇ ਔਰ ਫਰਦਰ ਇਹਦੇ ਵਿੱਚ ਹੋਰ ਕੀ ਪੁੱਛ ਸਕਦਾ ਵੀ ਜਿਹੜੇ ਚੀਤੇ ਆਏ ਸੀ ਇਹ ਕਿਹੜੇ ਸਟੇਟ ਦੇ ਵਿੱਚ ਆਏ ਸੀ ਤਾਂ ਸਟੇਟ ਆਪਣੇ ਕੋਲ ਕੀ ਆ ਜੂਗੀ ਐਮਪੀ ਮਤਲਬ ਮਧਿਆ ਪ੍ਰਦੇਸ਼ ਉਹਦੇ ਵਿੱਚ ਆਪਾਂ ਕਿਹੜੀ ਜਗ੍ਹਾ ਦੇ ਵਿੱਚ ਆਏ ਸੀ ਤਾਂ ਉਹਦੇ ਵਿੱਚ ਆਪਣੇ ਕੋਲ ਇੱਕ ਕੀ ਹੈ ਨੈਸ਼ਨਲ ਪਾਰਕ ਹੈ ਕਿਹੜਾ ਨੈਸ਼ਨਲ ਪਾਰਕ ਹੈ ਉਹਦੀ ਗੱਲ ਕਰੀਏ ਤਾਂ ਉਹਦਾ ਨਾਮ ਕੀ ਹੈ ਕੁੰਨੋ ਨੈਸ਼ਨਲ ਪਾਰਕ ਹੈ ਜਿੱਥੇ ਚੀਤੇ ਆਏ ਨੇ ਸਾਡੇ ਦੇ ਸਾਰੇ ओके ਹੁਣ ਦੇਖੋ ਹੁਣ ਬਸ ਤੁਸੇ ਇਹਦਾ ਆਨਸਰ ਕਰਨਾ ਕਿ ਰਾਈਟ ਆਨਸਰ ਇਹਦਾ ਕੀ ਆ ਜੋ ਕਿ ਤੁਹਾਡੇ ਲਈ ਘਰ ਦੇ ਲਈ ਕੋਸ਼ਿਸ਼ ਹੈ ਜੋ ਕਿ ਨੀਚੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰੋਗੇ ਕਿ ਉਹ ਕਿਹੜਾ ਟਾਈਮ ਸੀ ਕਿਹੜਾ ਸਾਲ ਸੀ ਜਦੋਂ ਇੰਡੀਆ ਦੇ ਵਿੱਚ ਜਿਹੜੇ ਚੀਤਾ ਸੀ ਪਹਿਲਾਂ ਉਹ ਸਾਰੇ ਦੇ ਸਾਰੇ ਐਕਸਟਿੰਕਟ ਹੋ ਗਏ ਸੀ ਮਤਲਬ ਖਤਮ ਹੋ ਗਏ ਸੀ ਇੱਕ ਟਾਈਮ ਕਿਉਂਕਿ ਉਸ ਟਾਈਮ ਤੋਂ ਪਹਿਲਾਂ ਇੰਡੀਆ ਦੇ ਵਿੱਚ ਚੀਤੇ ਸੀਗੇ ਅਸ਼ੋਕ ਦੇ ਟਾਈਮ ਪੀਰੀਅਡ ਤੋਂ ਲੈ ਕੇ ਉਸ ਟਾਈਮ ਤੱਕ ਮਤਲਬ ਕਾਫੀ سارے ਚੀਤੇ ਇੰਡੀਆ ਦੇ ਵਿੱਚ ਰਹਿ ਸਕਿਆ 올ਓਵਰ ਅਗਰ ਮੈਪ ਦੀ ਗੱਲ ਕਰੀਏ ਉਹਦੇ ਅਕੋਰਡਿੰਗ ਵੀ ਸੀਗੇ ਓਕੇ ਚਲੋ ਜੀ हां जी नेक्स्ट देखो एक क्वेश्चन थोनु करवाऊंगा लेकिन प्रीवियस क्वेश्चन सिर्फ सिर्फ टोटली सीगा आपने कुल किया व्हाट मेडल डिड फ्रेडर विन इन 2021 ਸੋਰੀ 2012 ਸਮਰ 올림픽ਸ ਗੋਲ ਹੁਣ ਸਮਰ ਅਗਰ 올림픽 ਗੋਸ ਦੀ ਗੱਲ ਕਰੀਏ ਤਾਂ ਸਮਰ 올림픽 ਗੋਸ ਦੇ ਵਿੱਚ ਇੱਕ ਰੋਡਰ ਫੈਡਰ ਨੇ ਮੈਡਲ ਜਿੱਤਿਆ ਸੀਗਾ ਠੀਕ ਹੈ 올림픽ਸ ਦੀ ਗੱਲ ਕੀਤੀ ਹੈ 2012 ਦੀ ਗੱਲ ਕੀਤੀ ਹੈਗਾ 2012 ਦੀ ਗੱਲ ਕਰੀਏ ਤਾਂ 2012 ਵੀ ਜਿਹੜੇ 올림픽 ਹੋਏ ਸੀ ਕਿੱਥੇ ਹੋਏ ਸੀ ਉਹ ਏ ਸੀ ਲੰਡਨ ਦੇ ਵਿੱਚ ਹੋਏ ਸੀ ਉਹ ਕਿੱਥੇ ਹੋਏ ਸੀ ਲੰਡਨ ਦੇ ਵਿੱਚ ਹੋਏ ਸੀ ਉਦੋਂ ਅਗਰ ਦੇਖੀਏ ਕਿ ਤਾਂ ਕਿਹੜਾ ਮੈਡਲ ਜਿੱਤਿਆ ਸੀ ਉਹਨਾਂ ਨੇ ਠੀਕ ਹੈ ਉਦੋਂ ਅਗਰ ਦੇਖਿਆ ਜਾਵੇ ਤਾਂ ਉਹਨਾਂ ਨੇ ਕਿਹੜਾ ਮੈਡਲ ਜਿੱਤਿਆ ਸੀ ਇਸ ਚੀਤੇ ਆਪਾਂ ਖਾਸ ਦੇ ਆਣੇ ਨਾ 2012 ਵਿੱਚ ਜਿਹੜਾ ਉਹਨਾਂ ਨੇ ਮੈਡਲ ਜਿੱਤਿਆ ਸੀ ਉਹ ਕਿਹੜਾ ਮੈਡਲ ਜਿੱਤਿਆ ਸੀ ਉਹਨਾਂ ਨੇ ਉਹਨਾਂ ਨੇ ਉਦੋਂ ਸਿਲਵਰ ਮੈਡਲ ਜਿੱਤਿਆ ਸੀ ਕਿਹੜਾ ਮੈਡਲ ਜਿੱਤਿਆ ਸੀ ਉਹਨਾਂ ਨੇ ਸਿਲਵਰ ਮੈਡਲ ਜਿੱਤਿਆ ਸੀ 2012 ਦੇ ਵਿੱਚ ਮਿਸਟਰ ਰੋਜਰ ਫੈਡਰਲ ਨੇ ਓਕੇ ਚਲੋ ਜੀ ਫਿਰ ਅੱਗੇ ਦੇਖੋ ਹਾਂਜੀ ਦੈਟਸ ਆਲ ਫॉर ਟੂਡੇ ਠੀਕ ਹੈ ਅਜ ਲਈ ਇੰਨਾ ਬਹੁਤ ਹੈ ਬਾਕੀ ਆਪਾਂ ਨੈਕਸਟ ਦੀ ਕਲਾਸ ਦੇ ਵਿੱਚ ਕਰਦੇ ਰਵਾਂਗੇ ਡੇਲੀ ਦੇ ਡੇਲੀ ਆਪਾਂ ਇਹ ਚੀਜ਼ ਕਵਰ ਕਰਨੀ ਹੈ ਡੇਲੀ ਡੇਲੀ ਤੁਸੀਂ ਰਿਵੀਜ਼ਨ ਕਰਦੇ ਰਹਿਣੇ ਆ ਡੇਲੀ ਦੇ ਡੇਲੀ ਤੁਸੀਂ ਦੇਖਦੇ ਰਹਿਣਾ ਜਿਹੜੀ ਆਪਾਂ ਮਾਰਨਿੰਗ ਦੇ ਵਿੱਚ ਨਿਊਜ਼ ਕੀਤੀ ਕਵਰ ਕੀਤੀ ਸੀ ਉਹ ਤੁਹਾਨੂੰ ਸ਼ਾਮ ਤੱਕ ਕਿੰਨੀ ਯਾਦ ਹੈ ਠੀਕ ਹੈ ਅਗਰ ਜੇ ਤੁਸੀਂ ਮਤਲਬ 4-5 ਦਿਨ ਬਾਅਦ ਵੀ ਇਸ ਦਿਨ ਦੇ ਆਪਾਂ ਆਪਾਂ ਰਿਵੀਜ਼ਨ ਕਰ ਲਈਏ ਤਾਂ ਸਿਰਫ ਸਿਰਫ ਇਸ ਡੇ ਥਰੂ ਤੁਸੀਂ ਰਿਵੀਜ਼ਨ ਕਰ ਸਕਦੇ ਹੋ ਤੁਹਾਨੂੰ ਪੂਰੀ ਕਰੰਟ ਅਫੇਅਰ ਦੀ ਵੀਡੀਓ ਦੇਖਣ ਦੀ ਲੋੜ ਨਹੀਂ ਹੈ ਜੋ ਆਲਮੋਸਟ 45 ਮਿੰਟਸ ਤੋਂ ਮਤਲਬ 1 ਗਿਆ ਸਵਾ ਘੰਟੇ ਤੱਕ ਚੱਲੀ ਜਾਂਦੀ ਹੈ ਠੀਕ ਹੈ ਚਲੋ ਤਾਂ ਇਹਦੇ ਨਾਲ ਨਾਲ ਇੱਕ ਹੋਰ ਚੀਜ਼ ਠੀਕ ਹੈ ਜੋ ਇਹਦੀ ਪੀ ਪੀਡੀਐਫ ਹੈ ਜੋ ਆਪਾਂ ਅੱਜ ਕੀਤਾ ਉਹਦੀ ਪੀਡੀਐਫ ਤੁਹਾਨੂੰ ਟੈਲੀਗ੍ਰam ਦੇ ਜਿਹੜਾ ਸਕਸੈਸਟੀ ਪੰਜਾਬ ਦਾ ਚੈਨਲ ਉੱਤੇ ਮਿਲ ਜੂਗੀ ਅਗਰ ਤੁਹਾਨੂੰ ਇਹ ਨਹੀਂ ਪਤਾ ਕਿ ਟੈਲੀਗ੍ਰam ਦਾ ਚੈਨਲ ਕਿਹੜਾ ਸਕਸੈਸਟੀ ਪੰਜਾਬ ਤੇ ਤਾਂ ਨੀਚੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰam ਪੰਜਾਬ ਦੇ ਲਿੰਕ ਹੋਊਗਾ ਇੱਕ ਠੀਕ ਹੈ ਉਸ ਲਿੰਕ ਤੇ ਕਲਿੱਕ ਕਰਨਾ ਸਿੱਧਾ-ਸਿੱਧਾ ਟੈਲੀਗ੍ਰਾਮ ਦੇ ਵਿੱਚ ਖੁੱਲ ਜਾਊਗਾ ਉਹ ਨੂੰ ਜੁਆਇਨ ਕਰਨਾ ਤੇ ਉਹਦੇ ਵਿੱਚ ਤੁਸੀਂ ਸਾਰੀ ਡਿਟੇਲ ਦੇਖ ਸਕਦੇ ਹੋ ਤਾਂ ਉਹ ਟੈਲੀਗ੍ਰਾਮ ਦਾ ਚੈਨਲ ਹੈ ਤੁਹਾਨੂੰ ਹੋਰ ਵੀ ਬਹੁਤ ਫਾਇਦੇ ਨੇ ਜਿਵੇਂ ਕਿ ਪੰਜਾਬ ਦੇ ਰਿਲੇਟਿਡ ਜੇ ਡੀ ਵੀ ਨਵੀਂ ਨੋਟੀਫਿਕੇਸ਼ਨ ਹੈ ਜਿਹੜੀ ਵੀ ਨਵੀਂ ਨਿਊਜ਼ ਹੈ ਠੀਕ ਹੈ ਕੋਈ ਜੌਬ ਦੀ ਆ ਗਈ ਕਿਸੇ ਐਗਜ਼ਾਮ ਰਿਲੇਟਿਡ ਆ ਗਈ ਉਹ ਸਾਰੀ ਦੀ ਸਾਰੀ ਨਿਊਜ਼ ਜਾਂ ਨੋਟੀਫਿਕੇਸ਼ਨ ਤੁਹਾਨੂੰ ਉੱਥੇ ਪ੍ਰੋਵਾਈਡ ਕਰਦੇ ਰਹੂਗੀ ਟਾਈਮ ਟੂ ਟਾਈਮ ਤੁਹਾਨੂੰ ਮਿਲਦੀ ਰਹੂ ਓਕੇ 댓ਸ ਆਲ ਫॉर ਟੂਡੇ ਟੇਕ ਕੇਅਰ ਬਾਏ ਬਾਏ ਸੀ ਯੂ ਐਂਡ ਜੈ ਹਿੰਦ